ਹੈਲੋ ਐਵਰੀਵਨ, ਵੈਲਕਮ ਬੈਕ ਟੂ ਮਾਈ ਚੈਨਲ। ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ। ਅੱਜ ਇਸ ਵੀਡੀਓ ਵਿੱਚ ਮੈਂ ਗੱਲ ਕਰਾਂਗੀ ਗੋਡਿਆਂ ਵਿੱਚ ਦਰਦ ਕਿਉਂ ਹੁੰਦਾ ਹੈ। ਇਹ ਸਮਝਣ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਨੀ ਜੁਆਇੰਟ ਕਿੱਦਾਂ ਬਣਦਾ ਹੈ, ਮਤਲਬ ਜਿਹੜਾ ਗੋਡਾ ਉਹ ਕਿਹੜੀਆਂ ਹੱਡੀਆਂ ਨੂੰ ਮਿਲਾ ਕੇ ਬਣਦਾ ਹੈ। ਜਿਹੜਾ ਨੀ ਜੁਆਇੰਟ ਹੈ ਉਹ ਤਿੰਨ ਹੱਡੀਆਂ ਨੂੰ ਮਿਲਾ ਕੇ ਬਣਦਾ ਹੈ। ਉੱਪਰ ਵਾਲੀ ਹੱਡੀ ਜਿਸ ਨੂੰ ਫੀਮਰ ਬੋਲਿਆ ਜਾਂਦਾ ਹੈ, ਪੰਜਾਬੀ ਵਿੱਚ ਅਸੀਂ ਇਸ ਨੂੰ ਪੱਟ ਦੀ ਹੱਡੀ ਕਹਿੰਦੇ ਹਾਂ। ਨੀਚੇ ਵਾਲੀ ਬੋਨ ਜਿਸ ਨੂੰ ਅਸੀਂ ਟਿਬੀਆ ਬੋਲਦੇ ਹਾਂ। ਅੱਗੇ ਵਾਲੀ ਹੱਡੀ ਉਸਨੂੰ ਪਟੇਲਾ ਕਿਹਾ ਜਾਂਦਾ ਹੈ, ਪੰਜਾਬੀ ਵਿੱਚ ਆਪਾਂ ਇਸ ਨੂੰ ਚੱਪਣੀ ਬੋਲਦੇ ਹਾਂ। ਜਿੱਥੇ ਇਹ ਤਿੰਨ ਹੱਡੀਆਂ ਮਿਲਦੀਆਂ ਹਨ ਉਸਨੂੰ ਅਸੀਂ ਨੀ ਜੁਆਇੰਟ ਬੋਲਦੇ ਹਾਂ। ਇਹ ਤਿੰਨਾਂ ਹੱਡੀਆਂ ਦੇ ਉੱਪਰ ਰੱਬ ਨੇ ਪੋਲਿਸ਼ ਜਿਸਨੂੰ ਅਸੀਂ ਕਾਰਟਲੇਜ ਕਹਿੰਦੇ ਹਾਂ ਲਗਾ ਕੇ ਰੱਖਿਆ ਹੋਇਆ ਹੈ, ਤਾਂ ਕਿ ਜਦੋਂ ਮੂਵਮੈਂਟ ਹੋਵੇ ਇਹਨਾਂ ਤਿੰਨਾਂ ਹੱਡੀਆਂ ਦੇ ਵਿਚਕਾਰ ਇਹ ਰਗੜ ਨਾ ਖਾਣ। ਜਿਵੇਂ ਸਾਡੀ ਉਮਰ ਵੱਧਦੀ ਹੈ ਇਹ ਜਿਹੜੀ ਪੋਲਿਸ਼ ਹੈ ਜਾਂ ਕਾਰਟਲੇਜ ਜਿਸਨੂੰ ਆਪਾਂ ਕਹਿੰਦੇ ਹਾਂ ਇਹ ਘਸਣ ਲੱਗ ਜਾਂਦਾ ਹੈ, ਹੱਡੀ ਹੱਡੀ ਨਾਲ ਟਕਰਾ ਕੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਬਹੁਤ ਵੱਡਾ ਕਾਰਨ ਹੈ ਗੋਡਿਆਂ ਵਿੱਚ ਦਰਦ ਹੋਣ ਦਾ। ਇਸ ਨੂੰ ਅਸੀਂ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਆਸਟੀਓਥਰਾਈਟਿਸ ਬੋਲਦੇ ਹਾਂ। ਇਸ ਵਿੱਚ ਜਿਹੜਾ ਕਾਰਟਲੇਜ ਆ ਉਹ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਹੜੀ ਉਹਦੀ ਚਿਕਨਾਈ ਉਹ ਖਤਮ ਹੋ ਜਾਂਦੀ ਹੈ, ਇਸ ਦੇ ਨਾਲ ਜਿਹੜੀਆਂ ਹੱਡੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਹਨ। ਯੰਗਰ ਪਾਪੂਲੇਸ਼ਨ ਵਿੱਚ ਵੀ ਕਾਰਟਲੇਜ ਡੈਮੇਜ ਹੋ ਜਾਂਦਾ ਹੈ, ਮਤਲਬ ਜਿਹੜੀ ਪੋਲਿਸ਼ ਆ ਰੱਬ ਵੱਲੋਂ ਲਗਾਈ ਗਈ ਉਹ ਘਸਣੀ ਸ਼ੁਰੂ ਹੋ ਜਾਂਦੀ ਹੈ ਜਵਾਨੀ ਵਿੱਚ ਹੀ। ਇਹਨਾਂ ਵਿੱਚ ਜਿਹੜਾ ਕਾਰਟਲੇਜ ਡੈਮੇਜ ਹੁੰਦਾ ਹੈ ਉਹ ਪਟੇਲਾ ਦੇ ਪਿੱਛੇ ਵਾਲਾ, ਜਿਸ ਨੂੰ ਅਸੀਂ ਬੋਲਦੇ ਹਾਂ ਕੋਂਡਰੋਮਲੇਸ਼ੀਆ ਪਟੇਲੇ। ਇਸ ਨੂੰ ਰਨਰਸ ਨੀ ਵੀ ਬੋਲਦੇ ਹਾਂ। ਇਸ ਵਿੱਚ ਦਰਦ ਹੋਣ ਦੇ ਕਾਰਨ ਹਨ ਐਕਸੈਸਿਵ ਟ੍ਰੇਨਿੰਗ ਔਰ ਓਵਰ ਯੂਜ਼ ਕਰਕੇ ਜਾਂ ਫਿਰ ਸੱਟ ਲੱਗਣ ਕਰਕੇ। ਇਸ ਤੋਂ ਇਲਾਵਾ ਵੀਕ ਥਾਈ ਮਸਲ ਕਰਕੇ ਵੀ ਪੇਨ ਹੋ ਸਕਦਾ ਹੈ। ਜਿਹੜੀ ਇਸ ਵਿੱਚ ਮਸਲ ਵੀਕ ਹੁੰਦੀ ਹੈ ਉਸਨੂੰ VMO ਬੋਲਦੇ ਹਾਂ, ਜਿਸਦਾ ਨਾਮ ਹੈ ਵਾਸਟਸ ਮੀਡੀਆਲਿਸ ਓਬਲੀਕ ਮਸਲ। ਇਸ ਦੀ ਕਮਜ਼ੋਰੀ ਕਰਕੇ ਵੀ ਪੇਨ ਹੋ ਸਕਦਾ ਹੈ ਗੋਡਿਆਂ ਵਿੱਚ। ਇਸ ਵਿੱਚ ਜਿਹੜਾ ਪੇਸ਼ੈਂਟ ਆ ਉਹ ਕੰਪਲੇਨ ਕਰਦਾ ਹੈ ਕਿ ਮੇਰੇ ਫਰੰਟ ਸਾਈਡ 'ਤੇ ਜ਼ਿਆਦਾ ਪੇਨ ਹੁੰਦੀ ਹੈ, ਮਤਲਬ ਗੋਡੇ ਦੇ ਅਗਲੇ ਪਾਸੇ ਉਸਨੂੰ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ। ਇਹ ਦਰਦ ਉਸਨੂੰ ਜ਼ਿਆਦਾ ਪੌੜੀਆਂ ਚੜ੍ਹਨ ਅਤੇ ਉੱਤਰਨ ਟਾਈਮ ਮਹਿਸੂਸ ਹੁੰਦਾ ਹੈ, ਜਾਂ ਫਿਰ ਜਦੋਂ ਅਸੀਂ ਜ਼ਿਆਦਾ ਨੀਚੇ ਤੋਂ ਬੈਠ ਕੇ ਉੱਠਦੇ ਹਾਂ ਉਦੋਂ ਵੀ ਮਹਿਸੂਸ ਹੁੰਦਾ ਹੈ। ਨੈਕਸਟ ਕਾਰਨ ਹੈ ਗੋਡਿਆਂ ਵਿੱਚ ਦਰਦ ਹੋਣ ਦਾ, ਉਹ ਹੈ ਮਨਿਸਕਸ ਟੀਅਰ। ਉੱਪਰ ਵਾਲੀ ਹੱਡੀ ਅਤੇ ਥੱਲੇ ਵਾਲੀ ਹੱਡੀ ਦੇ ਵਿਚਕਾਰ ਜੋ ਹੈ ਇਸ ਨੂੰ ਮਨਿਸਕਸ ਕਿਹਾ ਜਾਂਦਾ ਹੈ। ਇਹ ਐਜ਼ ਇਨ ਸ਼ੌਕ ਅਬਜ਼ਰਵਰ ਕੰਮ ਕਰਦਾ ਹੈ। ਇਸ ਦਾ ਮਤਲਬ ਹੈ ਕਿ ਆਪਣੀ ਜਿਹੜੀ ਉੱਪਰ ਵਾਲੀ ਫੁੱਲ ਬੋਡੀ ਦਾ ਭਾਰ ਇਹ ਗੋਡਿਆਂ ਉੱਪਰ ਨਹੀਂ ਆਉਣ ਦਿੰਦਾ। ਮਨਿਸਕਸ ਦੀ ਇੰਜਰੀ ਕਾਰਨ ਪੇਸ਼ੈਂਟ ਨੂੰ ਗੋਡਿਆਂ ਵਿੱਚ ਦਰਦ, ਕਟਕਟ ਦੀ ਆਵਾਜ਼, ਨੀ ਲੋਕਿੰਗ ਜਾਂ ਇੱਦਾਂ ਲੱਗਣਾ ਜਿਵੇਂ ਕੋਈ ਚੀਜ਼ ਫਸ ਰਹੀ ਹੋਵੇ, ਇਹ ਸਾਰੇ ਸਿੰਪਟਮਸ ਨੇ ਜਿਹੜੇ ਪੇਸ਼ੈਂਟ ਨੂੰ ਮਹਿਸੂਸ ਹੁੰਦੇ ਹਨ। ਗੋਡੇ ਵਿੱਚ ਦਰਦ ਹੋਣ ਦਾ ਤੀਜਾ ਕਾਰਨ ਲਿਗਾਮੈਂਟ ਖਰਾਬ ਹੋ ਜਾਣਾ। ਲਿਗਾਮੈਂਟ ਧਾਗੇ ਵਾਂਗ ਹੁੰਦਾ ਹੈ ਅਤੇ ਦੋ ਹੱਡੀਆਂ ਨੂੰ ਜੋੜਦਾ ਹੈ। ਗੋਡੇ ਵਿੱਚ ਚਾਰ ਤਰ੍ਹਾਂ ਦੇ ਲਿਗਾਮੈਂਟ ਹੁੰਦੇ ਨੇ, ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ। ਕਿਸੇ ਵੀ ਐਕਸੀਡੈਂਟ ਜਾਂ ਖੇਡਣ ਵੇਲੇ ਸੱਟ ਲੱਗਣ ਕਾਰਨ ਲਿਗਾਮੈਂਟ ਫਟ ਜਾਂਦਾ ਹੈ, ਜਾਂ ਬੁਢਾਪੇ ਵਿੱਚ ਲਿਗਾਮੈਂਟ ਕਮਜ਼ੋਰ ਹੋ ਜਾਂਦੇ ਹਨ ਅਤੇ ਥੋੜ੍ਹੀ ਜਿਹੀ ਸੱਟ ਲੱਗਣ ਕਾਰਨ ਇਹ ਫਟ ਜਾਂਦੇ ਹਨ। ਇਹ ਵੀ ਇੱਕ ਬਹੁਤ ਬੜਾ ਕਾਰਨ ਹੈ ਗੋਡਿਆਂ ਵਿੱਚ ਦਰਦ ਹੋਣ ਦਾ। ਫੋਰਥ ਕਾਰਨ ਹੈ ਨੀ ਜੁਆਇੰਟ ਪੇਨ ਦਾ, ਉਹ ਹੈਗਾ ਜਿਹੜੇ ਗੋਡੇ ਦੇ ਆਲੇ ਦੁਆਲੇ ਸਟਰਕਚਰਸ ਹੁੰਦੇ ਹਨ ਜਾਂ ਮਾਸਪੇਸ਼ੀਆਂ, ਉਹਨਾਂ ਦੀ ਟਾਈਟਨੈਸ ਕਰਕੇ ਜਾਂ ਸਟ੍ਰੇਨ ਹੋਣ ਕਰਕੇ ਜਾਂ ਫਿਰ ਸੋਜਾ ਹੋਣ ਕਰਕੇ ਵੀ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ।
ਜਿਵੇਂ ਕਿ ਆਈ ਟੀ ਬੈਂਡ ਟਾਈਟਨੈਸ ਹੋ ਗਿਆ, ਜਾਂ ਹੈਮਸਟ੍ਰਿੰਗ ਸਟ੍ਰੇਨ, ਕੋਡ੍ਰਿਸੈਪ ਸਟ੍ਰੇਨ, ਜਾਂ ਫਿਰ ਪਟੇਲਾ ਟੈਂਡਨਾਈਟਸ ਕਰਕੇ ਵੀ ਇਹ ਪੇਨ ਹੋ ਸਕਦਾ ਹੈ। ਨੈਕਸਟ ਕਾਰਨ ਹੈ ਇਨਫੈਕਸ਼ਨ। ਅਗਰ ਇਨਫੈਕਸ਼ਨ ਆਪਣੇ ਗੋਡਿਆਂ ਵਿੱਚ ਹੋਵੇ ਤਾਂ ਇਸ ਵਿੱਚ ਸੋਜਾ ਆ ਸਕਦਾ ਹੈ ਅਤੇ ਦਰਦ ਹੋਣਾ ਸ਼ੁਰੂ ਹੋ ਸਕਦਾ ਹੈ। ਇਨਫੈਕਸ਼ਨ ਬਹੁਤ ਤਰ੍ਹਾਂ ਦੀ ਹੋ ਸਕਦੀ ਹੈ, ਜਿਵੇਂ ਕਿ ਸਕਿਨ ਇਨਫੈਕਸ਼ਨ ਹੋ ਗਈ ਜਾਂ ਫਿਰ ਡੌਗ ਬਾਈਟ ਹੋ ਗਿਆ। ਨੈਕਸਟ ਹੈ ਗੋਡਿਆਂ ਦੀ ਸਰਜਰੀ ਕਿਸ ਉਮਰ ਵਿੱਚ ਹੋ ਸਕਦੀ ਹੈ। ਵੈਸੇ ਤਾਂ ਇਹ ਸਰਜਰੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਅਗਰ ਸਾਡੇ ਜਿਹੜੇ ਗੋਡੇ ਨੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ ਅਤੇ ਅਸੀਂ ਜਿਹੜੀਆਂ ਡੇ ਟੂ ਡੇ ਐਕਟੀਵਿਟੀਜ਼ ਨੇ ਉਹ ਅਸੀਂ ਨਹੀਂ ਕਰ ਸਕਦੇ, ਤਾਂ ਸਰਜਰੀ ਤੁਸੀਂ ਕਿਸੇ ਵੀ ਉਮਰ ਵਿੱਚ ਕਰਾ ਸਕਦੇ ਹੋ। ਪਰ ਇਹ ਇੱਕ ਆਰਟੀਫਿਸ਼ਲ ਨੀ ਜੁਆਇੰਟ ਹੈ, ਕੋਸ਼ਿਸ਼ ਕਰੋ ਕਿ ਜਿਹੜੀ ਸਰਜਰੀ ਉਹ ਦੇਰੀ ਨਾਲ ਹੀ ਹੋਵੇ। ਮਤਲਬ ਆਦਮੀ ਜਾਂ ਔਰਤ ਦੀ ਉਮਰ ਘੱਟੋ ਘੱਟ 55 ਸਾਲ ਦੀ ਹੋਵੇ ਜਦੋਂ ਅਸੀਂ ਇਸ ਬਾਰੇ ਸੋਚੀਏ। ਫਿਜ਼ੀਓਥੈਰੇਪੀ ਟ੍ਰੀਟਮੈਂਟ ਨਾਲ ਜਿਹੜੀ ਗੋਡਿਆਂ ਦੀ ਸਰਜਰੀ ਆ ਉਹ ਡਿਲੇ ਹੋ ਸਕਦੀ ਹੈ, ਲੇਟ ਹੋ ਸਕਦੀ ਹੈ ਅਤੇ ਨੀ ਪੇਨ ਵੀ ਠੀਕ ਹੋ ਸਕਦਾ ਹੈ। ਕੁਝ ਐਕਸਰਸਾਈਜ਼ ਹੁੰਦੀਆਂ ਨੇ ਸਪੈਸੀਫਿਕ, ਜਿਹੜੀਆਂ ਕਿ ਤੁਹਾਡੀਆਂ ਮਾਸਪੇਸ਼ੀਆਂ ਜਿਹੜੀਆਂ ਗੋਡੇ ਦੇ ਆਲੇ ਦੁਆਲੇ ਹੁੰਦੀਆਂ ਹਨ ਉਹਨਾਂ ਨੂੰ ਮਜ਼ਬੂਤ ਕਰ ਦਿੰਦੀਆਂ ਹਨ ਅਤੇ ਸਾਡਾ ਜਿਹੜਾ ਗੋਡਿਆਂ ਵਿੱਚ ਦਰਦ ਹੈ ਉਹ ਘੱਟ ਜਾਂਦਾ ਹੈ। ਅਗਰ ਅਸੀਂ ਇਹਨਾਂ ਐਕਸਰਸਾਈਜ਼ ਨੂੰ ਸਟਾਰਟਿੰਗ ਵਿੱਚ ਹੀ ਕਰਨ ਲੱਗ ਜਾਈਏ ਜਦੋਂ ਸਾਡੇ ਗੋਡਾ ਸ਼ੁਰੂ ਦੇ ਵਿੱਚ ਪੇਨ ਹੁੰਦਾ ਹੈ ਤਾਂ ਜਿਹੜਾ ਤੁਹਾਡਾ ਦਰਦ ਹੈ ਉਹ ਬਿਲਕੁਲ ਠੀਕ ਹੋ ਸਕਦਾ ਹੈ। ਜਾਂ ਫਿਰ ਇਹਨਾਂ ਨੂੰ ਅਸੀਂ ਉਦੋਂ ਵੀ ਕਰ ਸਕਦੇ ਹਾਂ ਜਦੋਂ ਸਾਡੇ ਬਿਲਕੁਲ ਪੇਨ ਨਹੀਂ ਹੁੰਦਾ, ਡੇ ਟੂ ਡੇ ਲਾਈਫ ਦੇ ਵਿੱਚ ਵੀ ਕਰ ਸਕਦੇ, ਉਹਨਾਂ ਨਾਲ ਸਾਨੂੰ ਅੱਗੇ ਫਿਊਚਰ ਦੇ ਵਿੱਚ ਨੀ ਜੁਆਇੰਟ ਪੇਨ ਦੀ ਪ੍ਰੋਬਲਮ ਨਹੀਂ ਆਊਗੀ। ਸਾਈਕਲਿੰਗ ਜਿਹੜੀ ਐਕਸਰਸਾਈਜ਼ ਉਹ ਬੈਸਟ ਐਕਸਰਸਾਈਜ਼ ਆ ਨੀ ਜੁਆਇੰਟ ਪੇਨ ਲਈ। ਤੁਸੀਂ ਡੇਲੀ ਸਾਈਕਲ ਚਲਾ ਸਕਦੇ ਹੋ, ਉਹ ਤੁਹਾਡੇ ਗੋਡਿਆਂ ਦੀ ਜਿਹੜੀਆਂ ਮਾਸਪੇਸ਼ੀਆਂ ਨੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਹੈਲਪ ਕਰਦਾ ਹੈ। ਅਗਰ ਤੁਸੀਂ ਇਹਨਾਂ ਐਕਸਰਸਾਈਜ਼ ਬਾਰੇ ਡਿਟੇਲ ਦੇ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਨੈਕਸਟ ਵੀਡੀਓ ਦੇਖ ਲਵੋ। ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਇਨਫੋਰਮੇਟਿਵ ਵੀਡੀਓ।